ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹ ਦੇ ਮਾਹੌਲ ਬਣੇ ਹੋਏ ਨੇ, ਉੱਥੇ ਹੀ ਖਬਰ ਮੁਣਕ ਤੋਂ ਲੈਂਦੇ ਹਨ। ਜਿੱਥੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਇੱਕ ਵਾਰ ਫਿਰ ਤੋਂ ਖਰਾਬ ਹੋ ਗਈਆਂ ਤੇ ਖੇਤਾਂ ਵਿੱਚ ਲੱਗ ਲੱਗ ਖੜਾ ਪਾਣੀ ਹੋਣ ਨਾਲ ਇਲਾਕੇ ਦੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਮੁਣਕ ਵਿੱਚ ਪਹਿਲਾਂ ਘੱਗਰ ਨਦੀ ਨੇ ਆਪਣਾ ਕਹਿਰ ਦਿਖਾਇਆ ਤੇ ਹੁਣ ਬਰਸਾਤੀ ਪਾਣੀ ਨਾਲ ਘੱਗਰ ਨਦੀ ਦੇ ਨਾਲ ਜਾਣ ਵਾਲੀ ਡਰੇਨ ਓਵਰਫਲੋ ਹੋਣ ਕਾਰਨ ਕਈ ਪਿੰਡਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਏ ਇਸ ਪਾਣੀ ਕਾਰਨ ਸਾਡੀਆਂ ਫਸਲਾਂ ਪਹਿਲਾਂ ਵੀ ਖਰਾਬ ਹੋ ਚੁੱਕੀਆਂ ਨੇ, ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਾਲਾਤ ਫਿਰ ਤੋਂ ਖਰਾਬ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਘੱਗਰ ਨਦੀ ਦੇ ਪਾਣੀ ਦਾ ਪੱਧਰ ਫਿਰ ਤੋਂ ਉੱਪਰ ਉੱਠਣਾ ਸ਼ੁਰੂ ਹੋ ਗਿਆ, ਜਿਸ ਨਾਲ ਇਲਾਕੇ ਦੇ ਘਰਾਂ ਤੇ ਖੇਤਾਂ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ। ਉੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਹਾਲਾਤ ਇੰਨੇ ਕੁ ਖਰਾਬ ਹੋ ਚੁੱਕੇ ਨੇ ਕਿ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਪਰ ਸਰਕਾਰ ਵੱਲੋਂ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨਾਲ ਸਾਨੂੰ ਰਾਹਤ ਮਿਲੇ। ਸਰਕਾਰ ਵੱਲੋਂ ਸਾਡਾ ਬਣਦਾ ਮੁਆਵਜ਼ਾ ਹਾਲੇ ਤੱਕ ਸਾਨੂੰ ਨਹੀਂ ਦਿੱਤਾ ਗਿਆ, ਜਦੋਂ ਕਿ ਇੱਕ ਵਾਰ ਫਿਰ ਤੋਂ ਪਾਣੀ ਆਪਣਾ ਕਹਿਰ ਦਿਖਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦਿਵਾਉਣ ਲਈ ਕੋਸ਼ਿਸ਼ ਕੀਤੀ, ਪਰ ਉਹਨਾਂ ਕਿਹਾ ਕਿ ਹਾਲੇ ਤੱਕ ਸਾਨੂੰ ਕੋਈ ਵੀ ਉਪਰੋਂ ਆਰਡਰ ਨਹੀਂ ਆਏ। ਇਹ ਬਸਾਰੇ ਤੋਂ ਆਇਆ ਜੀ, ਬੰਗੇ ਤੋਂ ਆਪਣਾ ਪਾੜਾ ਅੰਨਾ ਪਤਲਿਆਂ ਤੋਂ ਚੋਆ, ਉਹਦਾ ਪਾਣੀ ਆਇਆ ਹੋਇਆ ਹੈ। ਕਿੰਨੀ ਕੁ ਮਾਰ ਦੱਸੀ ਜਾ ਰਹੀ ਇੱਧਰ? ਮਾਰ ਹੁਣ ਤਾਂ 100 ਕਿੱਲੇ ਦੀ, 200 ਕਿੱਲੇ ਦੀ ਆ, ਫਿਰ 1000 ਕਿੱਲੇ ਦੀ ਮਾਰ ਹੋਊਗੀ ਜਿਹਦੇ ਸਾਰਾ ਭਰ ਗਿਆ ਹੈ। ਕੀ ਕੋਈ ਪ੍ਰਸ਼ਾਸਨ ਵੱਲੋਂ ਸਾਰ ਲਈ ਗਈ ਇੱਥੇ ਜੀ? ਨਾ ਕੋਈ ਬੰਦਾ ਨਹੀਂ ਇੱਥੇ, ਕੋਈ ਨਹੀਂ, ਬੱਚੇ ਵੀ ਨਹੀਂ, ਤੁਸੀਂ ਆਏ ਹੋ ਪੱਤਰਕਾਰ, ਬਸ ਹੋਰ ਕੋਈ ਬੱਚੇ ਨਹੀਂ ਆਇਆ ਇੱਧਰ। ਤੇ ਕਦੋਂ ਕੇ ਪਾਣੀ ਪਹੁੰਚਿਆ ਇੱਥੇ ਜਿਹੜਾ? ਇਹ ਰਾਤ ਪਹੁੰਚਿਆ। ਅੱਛਾ ਜੀ, ਰਾਤ ਪਹੁੰਚਿਆ। ਕਿੰਨੀ ਕੁ ਮਾਰ ਦੱਸੀ ਜਾ ਰਹੀ ਹੈ ਲਗਭਗ ਇੱਧਰ? ਹੁਣ ਤਾਂ 150 ਕਿੱਲੇ ਦੀ ਹੋਊਗੀ। ਜਿਵੇਂ ਲੱਗਦਾ ਸੀ ਪਿੱਛੇ ਘੱਗਰ ਟੁੱਟਿਆ ਸੀ, ਕੀ ਤੁਹਾਨੂੰ ਐਤਕੀ ਵੀ ਡਰ ਸਤਾਰੇ ਵੀ ਘੱਗਰ ਚੜਿਆ ਹੋਇਆ ਲੱਗਦਾ ਕੁਛ? ਜੇ ਘੱਗਰ ਭਰ ਗਿਆ ਇੱਧਰੋਂ ਪਾਣੀ ਆ ਗਿਆ, ਉਹਨੇ ਛੱਡਣਾ ਕੁਛ ਨਹੀਂ, ਸਾਰੀ ਮਰਜ਼ੀ ਇੰਨਾ ਇਲਾਕਾ ਹੈਗਾ, ਉਹਨੇ ਕੁਛ ਨਹੀਂ ਛੱਡਣਾ, 1000 ਕਿੱਲਾ ਮਾਰੂਗਾ ਉਹ। ਹਾਂਜੀ ਹਾਂਜੀ ਹਾਂਜੀ, ਦੱਸੋ। ਤੇ ਘੱਗਰ ਦਾ ਜਿਵੇਂ ਪਹਿਲਾਂ ਕਹਿਰ ਸੀ, ਕੀ ਕੋਈ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕਿਹਾ ਗਿਆ ਵੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਵੀ ਘੱਗਰ? ਨਾ, ਸਾਨੂੰ ਕਿਸੇ ਨੇ ਦੱਸਿਆ ਨਹੀਂ, ਕੋਈ ਸਾਨੂੰ, ਸਾਡੇ ਕੋਲ ਕੋਈ ਬੱਚਾ ਨਹੀਂ ਆਇਆ ਅੱਜ, ਕਿਸ਼ਰਾ ਦਾ ਕੋਈ, ਸਾਡੇ ਕੋਲ ਗੱਲ ਨਹੀਂ, ਕੋਈ ਬੰਦ ਨਹੀਂ। ਇਹ ਪਾਣੀ ਕਿੱਧਰੋਂ ਸਾਈਡ ਤੋਂ ਆ ਰਿਹਾ ਜੀ? ਕਿਸ ਸਾਈਡ ਤੋਂ? ਸਾਰੇ ਆਪਣੇ ਪਾੜਾ ਨਹੀਂ ਜਿਹੜਾ ਖਾਨੇ ਵਾਲਾ, ਉਹ ਫਾੜਾ ਘੱਗਰ ਭਰ ਗਿਆ, ਮੂਹਰੇ ਬੰਦ ਹੋ ਗਿਆ ਹੁਣ, ਇੱਧਰ ਉਦੋਂ ਮੂਹ ਰਾਣੂ ਹੋ ਗਿਆ ਖੇਤਾਂ ਨੂੰ, ਹੁਣ ਪਹਿਲਾਂ ਘੱਗਰ 'ਚ ਪੈਂਦਾ ਸੀਗਾ ਜੀ। ਦੁਬਾਰਾ ਡਰ ਲੱਗ ਰਿਹਾ ਤੁਹਾਨੂੰ? ਦੁਬਾਰਾ ਘੱਗਰ ਭਰ ਚੁੱਕਿਆ, ਸਾਨੂੰ ਕੋਈ ਕਿਸੇ ਨੇ ਆ ਕੇ ਦੱਸਿਆ ਨਹੀਂ ਵੀ ਪਿੱਛੋਂ ਪਾਣੀ ਆ ਰਿਹਾ ਜਾਂ ਕੀ? ਸਾਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਂਦੀ, ਪਹਿਲੂ ਜੀਰੀ ਮਰ ਗਈ, ਦੁਬਾਰਾ ਫਿਰ ਜੀਰੀ ਲਾਈ ਹੈ, ਦੁਬਾਰਾ ਫਿਰ ਪਾਣੀ ਆ ਗਿਆ। ਜੇ ਦੁਬਾਰਾ ਪਾਣੀ ਆਇਆ ਅਸੀਂ ਭਰੇ ਹੀ ਖੜੀਏ, ਦਾਵਣ ਮੋਟਰਾਂ ਪਲਾਈਆਂ ਨੱਕੇ 'ਤੇ, ਅਰ ਜੇਈ ਸਾਹਿਬ ਜਾਂ SDO ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਸਾਨੂੰ ਲਾਈਟ ਨਹੀਂ ਦੇ ਰਿਹਾ, ਸਾਡੀ ਦਿਨ ਦੀ ਵਾਰੀ ਸੀ 10 ਵਜੇ ਤਾਂ ਵੀ ਲਾਈਟ ਨਹੀਂ ਆਈ। ਜੇਕਰ ਦੇਖਿਆ ਪਾਣੀ ਕਿਸ ਸਾਈਡ ਤੋਂ ਆਇਆ? ਇਹ ਪਾਣੀ ਜੀ ਜਿੰਨਾ ਚੋਇਆ ਆ ਰਿਹਾ ਪਤੜਾਂ ਵਾਲਾ ਖਾਨੇ ਵਾਲ ਤੋਂ, ਉਹ ਸਾਰਾ ਪਾਣੀ ਚੋਏ ਦਾ ਸਾਡੇ ਵਾਲੀ ਸਾਈਡ ਪੈ ਰਿਹਾ, ਨੱਕੇ ਖੁੱਲ੍ਹੇ ਨੇ, ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ, ਕੋਈ ਸਾਡੀ ਦੇਖਭਾਲ ਨਹੀਂ, ਕੁਛ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ। ਕਿਉਂ ਪਹਿਲੋਂ ਚਾਂਦੂ ਨਿਕਲਦਾ ਸੀ ਪਾਣੀ, ਅੱਗੋਂ ਘੱਗਰ ਭਰ ਗਿਆ, ਉਹ ਬੰਦ ਹੋ ਗਏ ਪਾਣੀ ਉੱਥੋਂ ਖਿੱਚਣਾ ਮੋਟਰਾਂ, ਉਹ ਸਾਰਾ ਪਾਣੀ ਬਣਾ ਕੇ ਸਾਡੀ ਜੀਰੀ ਫਿਰ ਡੁੱਬ ਗਈ। ਲਾਈਟ ਦਾ ਕੋਈ ਪ੍ਰਬੰਧ ਹੋਏ ਹੁਣ? ਕੋਈ ਲਾਈਟ ਦਾ ਪ੍ਰਬੰਧ ਨਹੀਂ, ਨਾ ਇੱਥੇ ਰਾਤ ਦੀ ਲਾਈਟ ਦਾ ਪ੍ਰਬੰਧ, ਨਾ ਇੱਥੇ ਮੋਟਰਾਂ ਚੱਲਣ ਦਾ ਪ੍ਰਬੰਧ ਸਾਡਾ, ਕੁਛ ਨਹੀਂ ਹੈ। ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਲਾਈਟ ਛਡਵਾਈ ਜਾਵੇ? ਕਿਆ ਸਾਡੀ ਸੁਣਵਾਈ ਨਹੀਂ, ਕੋਈ ਸੁਣਦੇ ਨਹੀਂ ਹੈ ਸਾਡੀ? SDM ਸਾਹਿਬ ਨੂੰ ਕਿਹਾ ਹੋਵੇ? ਸਾਰਿਆਂ ਨੂੰ ਫੋਨ ਕਰ ਕਰਕੇ ਦੇਖ ਲੈਣੇ ਜੀ, ਸਾਡਾ ਕੋਈ ਇੱਥੇ ਕੁਛ ਨਹੀਂ ਸੁਣਵਾਈ ਹੋ ਰਹੀ ਸਾਡੀ ਕਿਸੇ ਤਰ੍ਹਾਂ ਦੀ। ਬਾਈ ਜੀ ਤੁਹਾਡਾ? ਜਗਮੇਲ ਸਿੰਘ ਜੀ। ਬਾਈ ਜੀ, ਜੇਕਰ ਦੇਖਿਆ ਜੇ ਡਰੇਨ ਦੀ ਕਾਰਨ ਜੋ ਪਿੱਛੇ, ਕਿੰਨੀ ਕੁ ਮਾਰ ਹੈ ਇਹ ਪਾਣੀ ਦੀ? ਇਹ ਹੈਗੇ ਜੀ ਤਕਰੀਬਨ 500-600 ਕਿੱਲਾ ਜੀ। ਕੀ ਕਾਰਨ ਰਿਹਾ ਪਾਣੀ ਇੱਥੇ ਤੱਕ ਪਹੁੰਚਣ ਦਾ? ਇਹ ਪਾਣੀ ਇਹ ਕਾਰਨ ਰਿਹਾ ਜੀ, ਜੋ ਨੱਕਾ ਖੁੱਲ੍ਹਾ ਸੀ ਪਹਿਲਾਂ ਡਰੇਨ ਦਾ ਪਾਣੀ ਘੱਗਰ 'ਚ ਕਿੱਦਾਂ ਸੀ, 4 ਨੱਕੇ ਖੁੱਲ੍ਹੇ ਆ ਜੀ, ਉਹ 4 ਨੱਕੇ ਉਹਦੇ ਪਿੱਛੇ ਖੁੱਲ੍ਹੇ ਨੇ, ਉਹ ਘੱਗਰ ਦੇ ਵਿੱਚ ਪਾਣੀ ਖੜਨ ਕਾਰਨ ਉਹ ਸਾਰਾ ਹੀ ਪਾਣੀ ਇੱਧਰ ਆ ਗਿਆ ਜੀ। ਇਹ ਕਿਹੜੀ ਸਾਈਡ ਤੋਂ ਆਇਆ ਪਾਣੀ ਇੱਧਰ? ਇਹ ਆਇਆ ਜੀ ਉਹ ਜਿਹੜਾ ਪਾਤੜਾ ਤੋਂ ਡਰੇਨ ਆ ਰਹੀ ਹੈ ਜੀ।
ਕੋਈ ਸਫਾਈ ਨਹੀਂ ਹੋਈ ਜੀ ਇੱਥੇ ਜਦੋਂ ਦਾ ਬੰਦ ਲੱਗਿਆ ਹੋਇਆ ਪਿੱਛੇ ਕੋਈ ਖਤਰਾ ਨਹੀਂ ਜੀ ਜਦੋਂ ਦਾ ਬੰਦ ਲੱਗਿਆ ਜੀ ਉੱਥੇ ਦਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਉੱਥੇ ਅਸੀਂ ਖੋਲੀ ਤੇ ਮੋਟਰਾਂ ਲਾਈਆਂ ਨੇ ਜੀ ਪਾਣੀ ਕੱਢਣ ਵਾਸਤੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸਾਡੀ ਵਾਰੀ ਵੀ ਨਹੀਂ ਦੇ ਰਹੀ ਜੀ ਅੱਜ ਵਾਰੀ ਸੀ 10 ਵਜੇ ਵਾਲੀ ਜੇਕਰ ਦੇਖਿਆ ਜੀ ਡਰੇਨ ਦੇ ਵਿੱਚ ਬਹੁਤ ਘਾਹ ਬੂਟੀ ਹੋਈ ਹੋਈ ਕੀ ਡਰੇਨ ਮਹਿਕਮੇ ਵੱਲੋਂ ਤੁਹਾਨੂੰ ਕੋਈ ਸਫਾਈ ਦਾ ਪ੍ਰਬੰਧ ਕੋਈ ਸਫਾਈ ਦਾ ਜੀ ਕੋਈ ਗਰਾਂਟ ਨਹੀਂ ਜੀ ਕੁਛ ਵੀ ਨਹੀਂ ਦਿੱਤਾ ਜੀ ਜੇਕਰ ਦੇਖਿਆ ਜਾਵੇ ਜੇਕਰ ਡਰੇਨ ਜੋ ਨਾਲਾ ਲੰਘਦਾ ਇਹ ਸਾਫ਼ ਹੁੰਦਾ ਤਾਂ ਕੀ ਇਹ ਫਸਲਾਂ ਵੱਸ ਸਕਦੀ ਸੀ ਵੱਸ ਸਕਦੇ ਆ ਜੀ ਬਿਲਕੁਲ ਜੀ ਐਨ ਫਸ ਸਕਦੀਆਂ ਸੀ ਬਾਕੀ ਜੋ ਇਹਦੀ ਸਫਾਈ ਕਰਦੇ ਨੇ ਜ਼ਿੰਮੇਦਾਰੀ ਕਰਦੇ ਨੇ ਗਰਾਈ ਗਰੂਈ ਕਰਕੇ ਜੀ ਇਹ ਪਾਣੀ ਕਦੋਂ ਆਇਆ ਇੱਥੇ ਇਹ ਪਾਣੀ ਜੀ ਕੱਲ੍ਹ ਦਾ ਆਇਆ ਜੀ ਅੱਜ ਬਿਲਕੁਲ ਵੱਧ ਗਿਆ ਜੀ ਅੱਜ ਇਹ ਜੀਰੀ ਡੁੱਬ ਗਿਆ ਜੀ ਪਰਸੋਂ ਆਇਆ ਕੀ ਕੋਈ ਪ੍ਰਸ਼ਾਸਨ ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਤਾਂ ਕੀ ਕਰਦੇ ਜੀ ਮੰਗ ਤਾਂ ਇਹ ਕਰ ਸਕਦੇ ਹਾਂ ਵੀ ਇਹਦੀ ਡਰੇਨ ਦੀ ਸਫਾਈ ਵਾਸਤੇ ਸਾਨੂੰ ਗਰਾਂਟ ਗਰੂਟ ਦਿੱਤੀ ਜਾਵੇ ਲਾਈਟ ਛੱਡੀ ਜਾਵੇ ਜੀ ਬਾਕੀ ਉਹ ਚੋਏ ਦੇ ਨੱਕੇ ਬੰਦ ਹੋ ਜਾਣ ਜੀ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਲਾਈਟ ਛੜਾਈ ਜਾਵੇ ਸਾਰਿਆਂ ਨੂੰ ਕਹਿ ਲਈਏ ਜੀ ਜੇਈ ਸਾਹਿਬ ਨੂੰ ਕਹਿ ਲਈਏ ਜੀ ਐਸਡੀਓ ਸਾਹਿਬ ਨੂੰ ਕਹਿ ਲਈਏ ਡੀਸੀ ਤੱਕ ਵੀ ਨੇ ਕਹਿ ਲਈਏ ਜੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਐਸਡੀਓ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਜੀ 80 ਕੇਵੀ ਬੰਦ ਹੈ ਜੀ